यार फोन लावा सैमी नू, मुंडा तो आ गया होना हुण तक। हाँ सैमी। हाँ सैंडी की बनता? सब वधिया वधिया। आ गया मुंडा? ओ नहीं यार, एक्चुअली ओदी फ्लाइट लेट हो गई 2 घंटे। अच्छा हुण फिर? हुण मैं फिर आने लगा सी, घंटा 2 घंटे मैं सोना रेस्ट कर लां यार, तुहानूं पता रात दी शक्ति थक्या पिया मैं भी। ते सोएगा किथे तू फिर? मैनू यार मैं पहुंची आई अजे, मेनू घंटा लग जाना। और चल ठीक है, तू फिर कार एक्सरसाइज ठीक है? ठीक है। सच बोलेगा जे मेनू 295 जे करेगा तरक्की पुत, हेट मिलूगी हेट कंट्रोवर सीक्रेट मिलूगी धर्मा दे नाम ते डिबेट मिलूगी। सच बोलेगा जे मेनू 295 जे करेगा तरक्की पुत हेट मिलूगी। ओहो यार थक गया, तो बस होगी तो जाओ लंबी लग गई। सोच यार मम्मी ने फोन करा इंडिया, पूछा भी मुंडा चलिया कि नहीं। इहदा फोन आ गया। हेलो अस्सलाम वालेकुम। वालेकुम सलाम पुत, होर तां पुत ठीक ठाक आ? हाँ जी, हाँ हाँ ठीक है, मैं ठीक। होर सुना तुसी ठीक ठाक हो? ਉਹ ਤਾਂ ਹੁਣ ਤਾਂ ਕਾਫੀ ਲੇਟ ਹੋ ਗਿਆ ਹੋਵੇਗਾ ਤੂੰ ਸੌਣ ਤੋਂ। ਉਹ ਨਹੀਂ ਬਸ ਮੰਮੀ, ਬਸ ਸੌਣ ਹੀ ਲੱਗਿਆ, ਹੁਣ ਹੀ ਆਇਆ ਅਜੇ ਘਰੇ। ਹਾਂ ਅੱਜ ਲੇਟ ਹੋ ਗਿਆ ਨਾ, ਜੌਬ ਲੰਬੀ ਲੱਗ ਗਈ ਸੀ, ਇੱਕ ਤਾਂ ਥੱਕ ਗਿਆ। ਤੇ ਪੁੱਤ ਹੁਣ ਤੂੰ ਰੈਸਟ ਕਰ ਲਾ। ਹਾਂ ਕਰਦਾ, ਰੈਸਟ ਕਰਦਾ ਮੈਂ ਕਰਦਾ। ਤੇ ਮੈਂ ਪੁੱਛਣਾ ਸੀ ਉਹ ਮੁੰਡਾ ਜਿਹਨੇ ਆਉਣਾ ਸੀਗਾ, ਉਹ ਚੜ੍ਹ ਗਿਆ ਪੈ ਗਿਆ ਫਲਾਈਟ 'ਚ? ਹਾਂ ਹਾਂ ਉਹਨੂੰ ਤਾਂ 8-9 ਘੰਟੇ ਹੋ ਗਏ ਹੋਣਗੇ ਜਹਾਜ਼ ਚੜ੍ਹੇ ਨੂੰ। अच्छा 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 ठीक है ठीक है ठीक है ठीक है। बस फिर तो 6 घंटे तक उतर जूगा। चल मैं जब तक थोड़ा टाइम रेस्ट कर ला। वही ना पुत, तू रेस्ट कर ला फिर ले आई उन्हें जाके। 4 घंटे सौ लेना है ना। और वो तो कर दे के दा ठीक सी के? ओदी मम्मी आई सी, कहनी साडे मुंडे दा ख्याल रखियो, इन्ना कर्जा चक के उन्होंने भेजिया, ਜਾਣ ਸਾਰ ਹੀ ਉਹਨੂੰ ਕੰਮ 'ਤੇ ਲਵਾ ਦਿਓ। ਅੱਛਾ ਹਾਂ ਕੋਈ ਗੱਲ ਨਹੀਂ ਮੰਮੀ, ਤੁਸੀਂ ਉਹਨਾਂ ਦੇ ਘਰ ਆਖਿਆ ਦਿਓ, ਫਿਰ ਟੈਨਸ਼ਨ ਨਾ ਲਓ, ਵੀ ਉਹਨੂੰ ਕੰਮ 'ਤੇ ਲਵਾ ਦਾਂਗੇ ਹੁਣ ਸਾਰ। ਹੁੰਦਾ ਹੀ ਆ, ਮੈਂ ਘਰਦਿਆਂ ਨੂੰ ਨਾ ਇੰਨੇ ਪੈਸੇ ਲਾ ਕੇ ਅਗਲਾ ਬਾਹਰ ਭੇਜਦਾ ਵਾ। ਸੋ ਕੋਈ ਗੱਲ ਨਹੀਂ, ਤੁਸੀਂ ਉਹਦੇ ਘਰਦਿਆਂ ਨੂੰ ਕਹਿ ਦਿਓ ਵੀ ਕੋਈ ਗੱਲ ਨਹੀਂ, ਟੈਨਸ਼ਨ ਲੱਗਦਾ ਵੀ ਹੁਣ ਸਰ ਕੰਮ 'ਤੇ ਲਵਾ ਦਾਂਗੇ। ਹਾਂ ਨਾਲੇ ਪੁੱਤ ਉਹਦੀ ਮੰਮੀ ਇੱਕ ਗੱਲ ਹੋਰ ਵੀ ਕਹਿੰਦੀ ਸੀ, ਕਹਿੰਦੀ ਉਹਨੂੰ ਮਾੜੀ ਸੰਗਤ ਤੋਂ ਪਰੇ ਰੱਖਿਓ, ਮੁੰਡੇ ਵਿਗੜ ਜਾਂਦੇ ਨੇ। ਹਾਂ ਨਹੀਂ ਨਹੀਂ ਕੋਈ, ਉਹਨੂੰ ਦੂਰੀ ਰੱਖਾਂਗੇ ਗਲਤ ਮੁੰਡਿਆਂ ਤੋਂ, ਗਲਤ ਸੰਗਤ ਤੋਂ, ਉਹਨਾਂ ਨੂੰ ਕਿਹਾ ਟੈਨਸ਼ਨ ਨਾ ਲਓ। ਚਲੋ ਠੀਕ ਹੈ ਮੰਮੀ, ਮੈਂ ਹੁਣ ਫੋਨ ਰੱਖਦਾ, ਮੈਨੂੰ ਨੀਂਦ ਬਹੁਤ ਆਉਂਦੀ ਆ, ਅਤੇ ਫਿਰ ਆਪਾਂ ਕੱਲ੍ਹ ਨੂੰ ਕਰਦੇ ਹਾਂ ਗੱਲ। ਚੱਲ ਠੀਕ ਆ ਪੁੱਤ, ਆਰਾਮ ਕਰ ਲਾ, ਸੌ ਜਾ ਹੁਣ ਤੂੰ, ਫਿਰ ਤੈਂ ਉਹਨੂੰ ਵੀ ਜਾ ਕੇ ਲੈ ਕੇ ਆਉਣਾ ਹੋਊਗਾ ਏਅਰਪੋਰਟ ਤੋਂ। ਓਕੇ ਅਸਲਾਮ ਵਾਲੇਕੁਮ। ਓਕੇ ਬਾਏ। ਹੋਏ ਰੱਬਾ। ਫੋਨ ਕਰਾਂ ਵੀਰੇ ਨੂੰ? ਔਰ ਆਏ ਬਰਪਾ ਸ਼ਿਟ ਯਾਰ, ਲੇਟ ਹੋ ਗਏ, ਮੁੰਡੇ ਦੀ ਫਲਾਈਟ ਉਤਰ ਗਈ ਹੋਣੀ ਆ। ਉਹਦਾ ਫੋਨ ਆ ਗਿਆ। ਹੈਲੋ ਹੈਲੋ। ਹਾਂ ਵੀਰੇ, ਹਾਂ ਤੂੰ ਪਹੁੰਚ ਗਿਆ? ਹਾਂਜੀ ਮੈਂ ਆ ਗਿਆ ਸੀਗਾ ਜੀ।
ਮੈਂ ਬਾਹਰ ਆ ਗਿਆ ਵੀਰੇ ਆ ਇੱਥੇ ਅੱਛਾ ਬਾਹਰ ਆ ਓ ਯਾਰ ਮੈਂ ਤੁਰਿਆ ਦਾ ਕੱਦਾਂ ਹੋਇਆ ਕਰੋ ਟ੍ਰੈਫਿਕ ਹੀ ਬੜੀ ਅੱਜ ਪਤਾ ਨਹੀਂ ਸਾਰੇ ਹੀ ਲੋਕ ਸੜਕਾਂ ਤੇ ਆਏ ਪਏ ਨੇ ਤੂੰ ਖੜ ਉੱਥੇ ਮੈਂ ਆ ਗਿਆ ਤੇਰੇ ਕੋਲ 10 ਮਿੰਟ ਲੱਗਣੇ ਨੇ ਠੀਕ ਹੈ ਨਾ ਠੀਕ ਹੈ ਵੀਰੇ ਮੈਂ ਉਹਦੇ ਵਿੱਚ ਆਉਣਾ ਓਕੇ ਜੀ ਓਕੇ 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 ਸ਼ਿਟ ਯਾਰ ਸਾਡਾ ਅਲਾਰਮ ਨਾ ਬੱਚਿਆਂ ਨੇ ਸੌਂਗ ਲਾਉਣ ਦੇ ਕੋਈ ਯਾਰ ਇੰਨਾ ਰੋਡ ਵਰਕ ਹੁੰਦਾ ਮੈਲਬਰਨ 'ਚ ਇੰਨਾ ਰੋਡ ਵਰਕ ਹੁੰਦਾ ਰਹੇ ਰੱਬ ਦਾ ਨਾ ਜਿੱਦਣ ਦਾ ਮੈਂ ਨਾ ਆਸਟ੍ਰੇਲੀਆ ਆਇਆ ਸਾਲਾ ਇੱਕ ਦਿਨ ਵੀ ਇਹ ਨਹੀਂ ਕਿਹਾ ਵੀ ਜਿੱਥੇ ਰੋਡ ਵਰਕ ਨਹੀਂ ਹੁੰਦਾ ਪਹਿਲਾਂ ਰਿੰਗ ਰੋਡ ਭਰਿਆ ਰਹਿੰਦਾ ਸੀ ਅਤੇ ਹੁਣ ਆਹ ਛੋਟੀਆਂ ਮੋਟੇ ਸਟਰੀਟਾਂ ਇਹਨਾਂ ਨੂੰ ਪੁੱਛਣਾ ਹੋਵੇ ਵੀ ਤੁਸੀਂ ਪਹਿਲਾਂ ਹੀ ਸਾਲੀਆਂ 10 ਲਾਈਨਾਂ ਬਣਾ ਦਿਓ ਤੁਹਾਨੂੰ ਪਤਾ ਮੁਲਖ ਨੇ ਤਾਂ ਆਉਣਾ ਹੀ ਆਉਣਾ ਇੱਥੇ ਇੱਕ ਰਾਊਂਡ ਬਣਨਗੇ ਅਗਲੇ ਸਾਲ ਫਿਰ ਇੱਕ ਲਾਈਨ ਵਧਾ ਲੈਣਗੇ ਇੱਕ ਤਾਂ ਇਹ ਕੰਮ ਹੌਲੀ ਕਰਦੇ ਨੇ ਮੈਨੂੰ ਤਾਂ ਹਾਲੇ ਸਮਝ ਨਹੀਂ ਲੱਗਦੇ ਇਹਨਾਂ ਦੀ ਵੀ ਕਰਦੇ ਕੀ ਨੇ ਇਹ ਹਰ ਰੋਜ਼ ਰੋਡ ਵਰਕ ਹਰ ਸਟਰੀਟ ਬਲੋਕ 80 ਦਾ ਜ਼ੋਨ 40 ਦਾ 80 ਦਾ ਜ਼ੋਨ 40 ਦਾ ਉਹ ਬੰਦਾ ਕੀ ਕਰੇ ਹੁਣ ਵੀ ਤੁਸੀਂ ਕਰਨਾ ਹੀ ਆ ਰਾਤ ਨੂੰ ਕਰ ਲਓ ਜੋ ਸਾਰੀ ਗੱਡੀ ਨਹੀਂ ਹੁੰਦੀ ਸੜਕ 'ਤੇ ਕੋਈ ਕਰਨਾ ਵੀ ਉਦੋਂ ਆ ਜੋ ਟ੍ਰੈਫਿਕ ਭੈਣ ਤਾਂ ਸੁਣਦੇ ਨੇ ਕੁਛ ਇੱਕ ਤਾਂ ਜਨਤਾ ਇੱਥੇ ਗੱਡੀ ਜਮ੍ਹਾਂ ਚਲਾਉਣੀ ਨਹੀਂ ਆਉਂਦੀ ਜਮ੍ਹਾਂ ਗੱਡੀ ਚਲਾਉਣੀ ਨਹੀਂ ਆਉਂਦੀ ਹੈਗੀ ਪਤਾ ਨਹੀਂ ਕੀ ਕਰੀ ਜਾਂਦੇ ਨੇ ਲਾਈਟਾਂ ਮਾੜੀਆਂ ਲਾਲ ਹੋਈਆਂ ਜਦੋਂ ਫੋਨ ਚੱਕ ਲੈਣਗੇ ਫਿਰ ਇਹਨਾਂ ਨੂੰ ਹਾਰਨ ਮਾਰਨਾ ਪਤਾ ਵੀ ਤੁਰ ਲਓ ਹੁਣ ਮਸਾਂ ਕੇ 80 ਦਾ ਜ਼ੋਨ ਜਾ ਕੇ ਹੋਇਆ ਕੀ ਕਰੇ ਬੰਦਾ ਕਿਤੇ ਨਾ ਮਾੜਾ ਮੋਟਾ ਜੇ ਬੰਦਾ ਘਰੋਂ ਮੂਡ ਠੀਕ ਵੀ ਆ ਤਾਂ ਸੜਕ ਦੇ ਆ ਕੇ ਖਰਾਬ ਹੋ ਜਾਂਦਾ ਸਾਰੀ ਦਿਹਾੜੀ ਸੜਕ ਤੇ ਰਹਿ ਨਹੀਂ ਸਕਦਾ ਸਾਰੀ ਦਿਹਾੜੀ ਘਰੇ ਵੀ ਨਹੀਂ ਬਹਿ ਸਕਦੇ ਮੁੰਡਾ ਵਿਚਾਰਾ ਕਹਿੰਦਾ ਹੋਣਾ ਦੱਸ ਫੋਨ ਵੀ ਦੁਆਰੇ ਕੀ ਕਰੇ ਵਿਚਾਰਾ ਵੀ ਕਹਿੰਦਾ ਹੋਣਾ ਵੀ ਬਸ ਆ ਜੇ ਭਾਵੇਂ ਲੇਟ ਆ ਜੇ ਚਲੋ ਅੰਦਰ ਹੀ ਲੱਗਦੇ ਨੇ ਪਾਰਕਿੰਗ ਪਤਾ ਨੀ ਬੇਚਾਰਾ ਕਿੱਥੇ ਫਿਰਦਾ ਹੋਣਾ ਪਹੁੰਚ ਗਿਆ ਪਹੁੰਚ ਗਿਆ Thank you.
ਲੱਗਦੀ ਹੈ। ओ कुरान। हाँ जी भाई किधर? ओ सॉरी यार ट्रैफिक ही बड़ी सी यार। हमें कोई गल नहीं मेरे। और क्या मेरे सफर? बढ़िया जी। एंड ठीक ठाक? हाँ जी। आजा मित्रा के राजा। वेलकम तेरा मेलबर्न दे विच ऑस्ट्रेलिया दे विच। आजा। यार पार्किंग मिली नहीं थल्ले फिर मैं ऊपर लानी पई। और तकलीफ तो नहीं हुई फ्लाइट कोई? नहीं नहीं नहीं। अच्छा आप गड्डी इधर लाइए यार, एक तो ना पार्किंग इतने बड़ी ज्यादा है पता नहीं लगता। आजा आजा आजा। होर माड़ी मोटी नींद कट ली जा चुकी? नहीं। हाँ जी हाँ जी थोड़ा सौ लिया पर बाली नींद नहीं है। पैग पुग ला लिया? नहीं पैग नहीं ला। अच्छा अच्छा ना वही आप कमा तो दूर ही रहना वा। अज हवा बहुत चलती है ना, एक तो सवेरे मीह पै गया वो करके ठंड हो गई। चलो होर फिर घरे फोन फान कर लिया कि नहीं? नहीं मेरे घरे तो नहीं किया। अच्छा अच्छा ओके ओके आप गड्डी बैग कर लेने एक बार है ना? ठीक है जी। दस दिन गए क्योंकि घरदों को फिक्र ही होंगी है भी मुंडा पहुंचेगा नहीं ठीक ठाक। हाँ जी हाँ चलो आही गड्डी अपनी। ठीक है जी गड्डी बहुत सोहनी है वीरे। थैंक यू वीरे थैंक यू। चल चल रख दे बैग रख दे। बड़ा भारी बैग मामा कितना सामान पाया जी। चल मूले सीट आ जा आ जा मित्रा। ओहो मिस्टर कुरान सिया। ओहो ऐ कर सब तो पहला आपां तेरे घरे फोन कर दिया तो घर दे फिक्र हुंदी है भी पहुंचा कि नहीं मुंडा ना। ठीक है मिनट। चल रिंग जान लग कर ले। हेलो बेबे सत श्री अकाल। हाँ जी हाँ जी बेबे पहुंच गया मैं। हाँ जी बिल्कुल सही सलामत है। हाँ जी वीरा आ गया सीगा जी। हाँ जी टाइम नाल ही आ गया सी। हाँ जी हाँ जी हाँ जी हाँ जी ते हाँ जी वीरे दियां पिनियां भी पईयां मेरे कोले। हाँ जी वो दे दूंगा घरे जांदे सारी दे दूंगा। ठीक है बेबे। होर बेबे बापू? अच्छा चल जदों बापू खेतां तों आया तां प्लीज उहनूं आख दिओ है ना मैनूं फोन ला लूं। ठीक आ बाकी बापू नूं आखो टेंशन ना लो मैं पहुंच गया हुण। ठीक है बेबे ठीक है ओके बेबे ओके। हाँ जी हाँ जी मैं आपका नंबर लैके फिर तुहानूं फिर कॉल करदा। ठीक है ओके बेबे ओके। किद्दां सब ठीक है? सारे वधिया। ते मम्मी इमोशनल तो नहीं होए? नहीं नहीं। ते हुण मेरी गल सुन कुरान ए भुख लगी हुई है? नहीं नहीं भाई नहीं भुख तां नहीं लगी क्योंकि असीं मुंडे रहने तनियाने घरे टिफिन सर्विस लवाई हुई है वो रात नूं आऊगा। हुण जे तैनूं भुख लगी है चाहे माड़ी मोटी क्योंकि कई बार मैनूं थकावट करके खाण पीण माड़ा माड़ा दिल करे आउंदा आपां जांदे हो कुछ फड़ के लै जांदे आ। देख लो भाई चिकन चुकन खा लेना। हाँ जी मैकडोनल्ड फड़ी फिर मैकडोनल्ड खा लेना। ऐ कर बैल्ट ला ला मित्रा इत्थे फाइन आ इत्थे बैल्ट लाउणी पैंदी आ चाहे मूहरे बैठो चाहे पिछे बैठो। अच्छा हाँ बैल्ट मारा चार चलिए गया। हाँ जी कुरान जी। हाँ जी हाँ जी भाई देखो साडा ऑस्ट्रेलिया हूं तोड़ा भी हो गया। बस इत थोड़ी एक हैगी रोड बहुत चलता है रोड वर्क सड़क सुड़क के ना काम कार बहुत टाइम का चलता टोए हूं ताही तो रोड वर्क करन लगे उन्हें भरन लगे उन्हें साल नू भरन कि होर पै जाने देख ला बाकी देख आ देख पेड़ा इधर देख ला मतलब खुला ही होंदा काम मतलब क्योंकि जमीन जमीन बहुत है ना इतने जमीन तो फिर बहुत सस्ती होनी है। हाँ जमीन पर
ਆਪਾਂ ਸ਼ਹਿਰ ਦੇ ਲਾਗੇ ਆ ਗਏ ਨਾ, ਇੱਥੇ ਨਹੀਂ ਸਸਤੀ ਹੈਗੀ। ਜੇ ਥੋੜ੍ਹਾ ਦੂਰ ਜਾਵੇਂਗੇ ਨਾ, ਜੇਕਰ ਆਪਾਂ ਨੇ ਕਹਿ ਦਿੰਦੇ ਵੀ ਸ਼ਹਿਰ ਤੋਂ ਦੂਰ ਲੈ ਲਓ 100 ਕਿਲੋਮੀਟਰ 200 ਕਿਲੋਮੀਟਰ, ਉੱਥੇ ਤੈਨੂੰ 1000 ਕਿੱਲਾ ਚੰਗੇ ਭਾਅ 'ਚ ਮਿਲ ਜੂਗਾ, ਮਤਲਬ ਇੰਡੀਆ ਦੇ 2-3 ਕਰੋੜ ਦਾ। 2-3 ਕਰੋੜ ਇੱਥੇ ਤਾਂ ਕੁਛ ਵੀ ਨਹੀਂ ਲੱਗਦਾ ਯਾਰ, 4-5 ਲੱਖ $500,000 ਹੋ ਗਿਆ ਤੈਨੂੰ 1000 ਕਿੱਲਾ ਵੀ ਦੇਖ ਮਾਮਾ, ਉਹਦੇ ਵਿੱਚ ਤੂੰ ਦੇਖ ਲਾ ਤੂੰ ਜੋ ਮਰਜ਼ੀ ਕਰੀ ਆ, ਬਾਈ ਜਾ ਜਾਨਵਰ ਰੱਖੀ ਆ, ਫਾਰਮ ਹਾਊਸ ਬਣਾ ਲਾ, ਉੱਥੇ ਜਦੋਂ ਮਤਲਬ ਆਬਾਦੀ ਹੋਰ ਵੱਧ ਗਈ ਤਾਂ ਫਿਰ ਉਹਦੀ ਕੀਮਤ ਹੋਰ ਵੱਧ ਜਾਣੀ ਆ ਯਾਰ। ਇਹ ਬਾਈ ਫਿਰ ਤੰਗ ਟਰੈਕਟਰ ਵੱਡੇ ਵੱਡੇ ਹੁੰਦੇ ਨਾ ਇਹਨਾਂ ਕੋਲ। ਹਾਂ ਹਾਂ ਟਰੈਕਟਰ ਵੱਡੇ ਵੱਡੇ ਹੁੰਦੇ ਨੇ, ਜਗ੍ਹਾ ਵੀ ਮਤਲਬ ਇੱਥੇ, ਪਰ ਮੀਂਹ ਇੰਨੇ ਨਹੀਂ ਨਾ ਪੈਂਦੇ, ਮੀਂਹ ਘੱਟ ਪੈਂਦੇ ਇੱਥੇ, ਉਹੀ ਫਸਲ ਜ਼ਿਆਦਾ ਕਹਾਉਂਦੇ ਨੇ ਇੱਥੇ, ਇਹਨੂੰ ਪਾਣੀ ਦੀ ਲੋੜ ਘੱਟ ਹੋਵੇ। ਹੁਣ ਇੱਥੇ ਚੌਲ ਘੱਟ ਲਾਉਂਦੇ ਨੇ, ਇੰਨੇ ਲਾਉਂਦੇ ਨਹੀਂ ਜਨਾਬ, ਇੰਡੀਆ 'ਚ ਚੌਲ ਬਹੁਤ ਜ਼ਿਆਦਾ ਪਾਣੀ ਮੁਕਾਬਲੇ ਧਰਤੀ ਦਾ, ਪਾਣੀ ਇੱਥੇ ਵੀ ਮੈਂ ਮੁੱਕਿਆ ਹੋਇਆ, ਪਰ ਇੱਥੇ ਗੌਰਮੈਂਟ ਦੇ ਕੋਈ ਰੂਲ ਨੇ ਆਪਣੇ, ਚਲੋ ਮੰਨਦਾ ਮੁੰਦ ਹੈ ਨਹੀਂ ਕੋਈ ਇੰਨਾ। ਚਲੋ ਬਾਕੀ ਗੱਲ ਹੁਣ ਬਾਅਦ 'ਚ ਕਰਾਂਗੇ ਆਪਾਂ, ਤੂੰ ਰੈਸਟ ਕਰ ਲਾ ਮਾੜੀ ਮੋਟੀ। ਕਿੰਨੀ ਦੂਰ ਰਹਿ ਗਿਆ ਬਾਈ ਘਰ ਆਪਣਾ? ਬਸ 15 ਮਿੰਟ ਰਹਿ ਗਏ ਇੱਥੋਂ, ਵੈਸੇ ਤਾਂ 5 ਮਿੰਟ ਦੀ ਡਰਾਈਵ ਆ, ਜਿਹੜੇ ਹਿਸਾਬ ਨਾਲ ਟ੍ਰੈਫਿਕ ਆ 15-20 ਵੀ ਲੱਗ ਸਕਦੇ ਨੇ। ਠੀਕ ਹੈ, ਕੋਈ ਗੱਲ ਨਹੀਂ, ਘਰੇ ਪਹੁੰਚਾਵਾਂਗੇ ਤੈਨੂੰ, ਪਹੁੰਚਾਵਾਂਗੇ ਘਰੇ, ਕੱਲ੍ਹ ਨਹੀਂ ਸੌਂ ਜੀ, ਸਾਰੀ ਰਾਤ ਸੌਂ ਜੀ, ਫਿਰ ਸਵੇਰੇ ਵੇਲੇ ਚੱਲੀ ਆਪਾਂ ਕੰਮ ਕੁੰਮ ਲੱਭਣ ਜਾਣਾ, ਠੀਕ ਹੈ ਨਾ, ਆਪਾਂ ਟਾਈਮ ਨਹੀਂ ਖਰਾਬ ਕਰਨਾ। ਕਈ ਕਹਿ ਹੁੰਦੇ ਨੇ ਮੁੰਡਾ ਰੈਸਟ ਕਰ ਲਵੇ ਆਉਣ ਸਰ, ਨਾ ਸਵੇਰੇ ਰੈਡੀ ਹੋ ਜੀ। ਠੀਕ ਹੈ ਜੀ, ਆਪਾਂ ਕੰਮ 'ਤੇ ਲੱਭਣ ਚੱਲਾਂਗੇ। ਠੀਕ ਹੈ, ਠੀਕ ਹੈ ਜੀ। ਯਾਰ ਇੱਕ ਤਾਂ ਨਾ ਮੈਂ ਬੰਦੇ ਨੂੰ 20 ਵਾਰ ਕਿਹਾ ਵੀ ਸਾਡੇ ਘਰ ਦੇ ਮੂਹਰੇ ਨਾ ਗੱਡੀ ਐਂ ਨਾ ਖੜਾਇਆ ਕਰ ਯਾਰ, ਗੱਡੀ ਅੰਦਰ ਵਾੜ ਨਹੀਂ ਕੱਢਣੀ ਬੜੀ ਔਖੀ ਹੁੰਦੀ ਆ, ਡਰਾਈਵ ਦੇ ਮੂਹਰੇ ਅੱਧੀ ਕੁ ਫਸਾ ਲੈਣਗੇ, ਵੀ ਤੂੰ ਪ੍ਰੋਪਰ ਪਾਰਕ ਲਾ ਯਾਰ। ਚੱਲ ਛੱਡ, ਸਾਨੂੰ ਤਾਂ ਇਹੋ ਜਿਹੇ ਰਹਿਣੇ ਨੇ। ਲੈ ਮਿੱਤਰਾ ਕੁਰਾਨ ਜੀ, ਇਹ ਆਪਣਾ ਘਰ ਆ, ਓਕੇ, ਇੱਥੇ ਲੈ ਉਤਰੋ ਕੇ ਨਾ, ਲਾ ਦਿਓ ਬੈਲਟ, ਆ ਜਾਓ ਕੇ ਨਾ, ਆ ਜਾਓ, ਆਏ ਹੋਏ ਰੱਬਾ, ਆ ਜਾ। ਕੈਂਟਾ ਕੰਮ ਬਹੁਤ ਸੋਹਣਾ ਜੀ, ਹਜੇ ਤਾਂ ਕਿਰਾਏ ਤੇ ਆਪਾਂ, ਜਦੋਂ ਪੱਕੇ ਪੁੱਕੇ ਹੋਵਾਂਗੇ ਫਿਰ ਰੱਬ ਦਾ ਲਵਾਂਗੇ। ਠੀਕ, ਉਹ ਦੂਜਾ ਬੈਗ ਉਹ ਤਾਂ ਮੈਂ ਦੁਆਰੇ ਮੂਹਰੇ ਧਰਤਾ ਸੀਗਾ, ਜੇ ਬਰਗਰ ਖਾਧੇ। ਹਾਂਜੀ, ਲੈ ਫੜ ਲੈ ਫੜ ਗਿਆ, ਖੜ੍ਹੇ ਖੜ੍ਹੇ ਗੱਡੀ ਲਾ ਦਾ ਮੈਨੂੰ, ਇੱਥੇ ਕਿਸੇ ਨੇ ਤੇਲ ਨੀ ਚਾਉਣਾ ਹੈਗਾ, ਇੰਡੀਆ ਨੀ ਹੈਗਾ। ਆਜਾ ਆਜਾ।